ਹੈਲੋ ਗਾਇਸ, ਅੱਜ ਅਸੀਂ ਬਣਾਵਾਂਗੇ ਨਿਊਟਰੀ ਵਾਲੇ ਚਾਵਲ। ਠੀਕ ਹੈ, ਸਭ ਤੋਂ ਪਹਿਲੇ ਦੇਖੋ ਅਸੀਂ ਆਇਲ ਨੂੰ ਅੱਛੀ ਤਰ੍ਹਾਂ ਗਰਮ ਕਰ ਲਿਆ। ਠੀਕ ਹੈ, ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜ਼ੀਰਾ। ਜ਼ੀਰਾ ਤੋਂ ਬਾਅਦ ਪਿਆਜ਼, ਆਲੂ ਕੱਟ ਕੇ ਰੱਖੇ ਆ ਮੈਂ, ਅਦਰਕ ਬਰੀਕ ਬਰੀਕ ਉਹ ਪਾਊਂਗੀ। ਠੀਕ ਹੈ, ਸਭ ਤੋਂ ਪਹਿਲੇ ਅਸੀਂ ਪਾ ਦਾਂਗੇ ਜ਼ੀਰਾ ਥੋੜ੍ਹਾ ਜਿਹਾ। ਹਾਂ, ਜ਼ੀਰੇ 'ਤੇ ਦੇਖੋ ਕਿੰਨੀ ਸੋਹਣੀ ਆਵਾਜ਼ ਆਉਂਦੀ ਹੈ। ਹੁਣ ਅਸੀਂ ਪਾ ਦਾਂਗੇ ਪਟੈਟੋ, ਆਨੀਅਨ ਅਤੇ ਅਦਰਕ ਬਰੀਕ ਬਰੀਕ ਕੱਟਿਆ ਹੋਇਆ। ਠੀਕ ਹੈ, ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ। ਸੋਹਣੇ ਹੋ ਰਹੇ ਨੇ, ਜਦੋਂ ਇਹ ਥੋੜ੍ਹੇ ਜਿਹੇ ਰੈੱਡ ਬਰਾਊਨ ਹੋ ਜਾਣਗੇ, ਥੋੜ੍ਹਾ ਜਿਹਾ ਰੈੱਡ ਕਲਰ ਹੋ ਜਾਏਗਾ ਅਨੀਅਨ ਦਾ ਪਿੰਕ ਜਿਹਾ, ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਨਮਕ। ਓਕੇ, ਜਸਟ ਵੇਟ ਫੋਰ 2 ਮਿੰਟਸ। 2 ਮਿੰਟਸ ਨਹੀਂ ਕਹਿ ਸਕਦੇ, ਸਿਰਫ 15। ਤੁਸੀਂ ਦੇਖ ਸਕਦੇ ਹੋ ਅਨੀਅਨ ਦਾ ਕਲਰ ਥੋੜ੍ਹਾ ਜਿਹਾ ਚੇਂਜ ਹੋ ਚੁੱਕਾ ਹੈ। ਹੁਣ ਮੈਂ ਇਹਦੇ 'ਚ ਪਾਵਾਂਗੀ ਨਮਕ। ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ, ਜਿੰਨਾ ਤੁਸੀਂ ਲਾਈਕ ਕਰਦੇ ਹੋ। ਓਕੇ, ਸੋ ਇਹਨੂੰ ਮਿਕਸ ਕਰ ਲਵਾਂਗੇ। ਓਕੇ, ਨਮਕ ਪਾਉਣ ਤੋਂ ਬਾਅਦ ਮੈਂ ਪਾਉਂਗੀ ਇਹਦੇ ਵਿੱਚ ਥੋੜ੍ਹੀ ਜਿਹੀ ਦੇਗੀ ਮਿਰਚ, MDH। ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਹੈ, MDH ਦੀ ਦੇਗੀ ਮਿਰਚ। ਫਿਰ ਮੈਂ ਇਹਦੇ ਵਿੱਚ ਪਾਵਾਂਗੀ ਥੋੜ੍ਹਾ ਜਿਹਾ MDH ਦਾ ਕਿਚਨ ਕਿੰਗ ਮਸਾਲਾ, ਥੋੜ੍ਹਾ ਸਾ, ਟੇਸਟ ਬਹੁਤ ਵਧੀਆ ਆਉਂਦਾ ਇਹਦੇ ਨਾਲ। ਠੀਕ ਹੈ, ਅਸੀਂ ਥੋੜ੍ਹਾ ਜਿਹਾ ਸਵਾਦ ਅਨੁਸਾਰ ਥੋੜ੍ਹਾ ਜਿਹਾ ਐਡ ਕਰਾਂਗੇ, ਜਸਟ ਫੋਰ ਟੇਸਟ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਆ ਗਿਆ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਆਪਣਾ ਮੇਨ ਇੰਗਰੀਡੀਐਂਟ ਨਿਊਟਰੀ। ਮੈਂ ਨਿਊਟਰੀ ਨੂੰ ਗਰਮ ਪਾਣੀ ਵਿੱਚ ਬੋਇਲ ਕਰਕੇ ਰੱਖ ਚੁੱਕੀ ਸੀ, ਇਹ ਬਹੁਤ ਸੌਫਟ ਹੋ ਚੁੱਕੀ ਹੈ। ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਨਿਊਟਰੀ ਨੂੰ, ਅਤੇ ਇਹਨੂੰ 1-2 ਮਿੰਟ ਲਈ ਮਿਕਸ ਕਰਾਂਗੇ। ਤੁਸੀਂ ਦੇਖ ਸਕਦੇ ਹੋ ਥੋੜ੍ਹਾ ਥੋੜ੍ਹਾ ਜਿਹਾ ਆਇਲ ਛੱਡਿਆ ਹੋਇਆ ਨੀਚੇ ਮਸਾਲੇ ਨੇ। ਓਕੇ, ਹੁਣ ਮੈਂ ਇਹਦੇ ਵਿੱਚ ਰਾਈਸ ਨੂੰ ਧੋ ਕੇ ਐਡ ਕਰਾਂਗੀ, ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ। ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਰਾਈਸ ਜੋ ਮੈਂ ਧੋ ਕੇ ਰੱਖੇ ਹੋਏ ਨੇ। ਠੀਕ ਹੈ, ਬਾਕੀ ਰਾਈਸ ਵੀ ਮੈਂ ਇਹਦੇ ਵਿੱਚ ਐਡ ਕਰਦੀ ਹਾਂ। ਅੱਛੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਰਾਈਸ ਐਡ ਕਰਨ ਤੋਂ ਬਾਅਦ। ਦੇਖੋ ਇੰਨਾ ਸੋਹਣਾ ਕਲਰ ਆ ਗਿਆ ਇਹਦਾ, ਜਦੋਂ ਬਣ ਕੇ ਤਿਆਰ ਹੋਣਗੇ, ਜਸਟ ਵੇਟ ਫੋਰ 2 ਮਿੰਟਸ। ਮੈਂ ਇਹਦੇ ਵਿੱਚ ਹੁਣ ਪੂਰੇ ਰਾਈਸ ਪਾ ਲਾਂ, ਦੈਨ ਆਈ ਵਿਲ ਬੀ ਬੈਕ। ਮੈਂ ਹੁਣ ਇਹਦੇ ਵਿੱਚ ਐਡ ਕਰ ਰਹੀ ਹਾਂ ਵਾਟਰ। ਠੀਕ ਹੈ, 1 ਗਲਾਸ ਚਾਵਲ 'ਚ ਮੈਂ 2 ਗਲਾਸ ਪਾਣੀ ਪਾਏ ਨੇ। ਹੁਣ ਇਹਨੇ ਇੱਕ ਵਾਰੀ ਮਿਕਸ ਕਰ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਇਟ ਲੁੱਕਸ ਟੈਂਪਟਿੰਗ। ਮੈਂ ਹੁਣ ਇਹਦਾ ਕੁੱਕਰ ਬੰਦ ਕਰੂੰਗੀ, ਇੱਕ ਵਿਸਲ ਹੋ ਜਾਣਗੇ, ਮੈਂ ਦਿਖਾਉਂਦੀ ਹਾਂ ਤੁਹਾਨੂੰ। ਠੀਕ ਹੈ, ਹੁਣ ਅਸੀਂ ਇਹਦਾ ਕੁੱਕਰ ਦਾ ਕੈਪ ਲਗਾ ਦਾਂਗੇ ਉੱਪਰ। ਮੈਂ ਕੁੱਕਰ ਬੰਦ ਕਰ ਦਿੱਤਾ ਹੈ, ਮੈਂ 1 ਵਿਸਲ ਆਉਣ ਤੱਕ ਵੇਟ ਕਰਾਂਗੀ। ਠੀਕ ਹੈ, 1 ਵਿਸਲ ਆਉਣ 'ਤੇ ਦਿਖਾਉਂਦੀ ਹਾਂ ਤੁਹਾਨੂੰ ਰਾਈਸ ਕਿਸ ਤਰ੍ਹਾਂ ਦੇ ਬਣ ਗਏ ਨੇ। ਆਈ ਵਿਲ ਬੀ ਰਾਈਟ ਬੈਕ। ਕੁੱਕਰ ਓਪਨ ਹੋ ਚੁੱਕਿਆ ਹੈ, ਤੁਸੀਂ ਦੇਖ ਸਕਦੇ ਹੋ। 1 ਸੈਕਿੰਡ ਚੱਜਣ, ਦੇਖ ਸਕਦੇ ਹੋ ਤੁਸੀਂ ਚਾਵਲ ਰੈਡੀ ਹੋ ਚੁੱਕੇ ਨੇ, ਦੇਖਣ 'ਚ ਬਹੁਤ ਵਧੀਆ ਲੱਗ ਰਹੇ ਨੇ। ਹੋਰ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲੈਂਦੇ ਹਾਂ। ਦੇਖੋ ਕਿੰਨੇ ਸੋਹਣੇ ਬਣੇ ਨੇ, ਮੈਂ ਇਸ ਪਲੇਟ ਸਰਵ ਕਰਕੇ ਦਿਖਾਉਂਦੀ ਹਾਂ ਤੁਹਾਨੂੰ। ਓਕੇ, 1 ਮਿੰਟ ਵੇਟ ਕਰਿਓ, ਕਿੰਨਾ ਤੁਹਾਨੂੰ
ਤੁਸੀਂ ਦੇਖ ਸਕਦੇ ਹੋ ਸਾਡੇ ਨਿਊਟਰੀ ਵਾਲੇ ਰਾਈਸ ਰੈਡੀ ਹੋ ਚੁੱਕੇ ਨੇ। ਹੋਰ ਵੀ ਸੋਹਣੀਆਂ ਸੋਹਣੀਆਂ ਰੈਸਿਪੀਜ਼ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ ਗਾਇਸ।